कपूरथला के अधीन आउंदे पिंड भगवानपुर विखे शमशेर सिंह शेरा की अगवाई हेठ भगवानपुर की पंचायत ने आम आदमी पार्टी के कामों नूं देखदे होए हलका इंचार्ज सज्जन सिंह चीमा की अगवाई विच विशेष मीटिंग कीती, जिस विच 11 तो 15 परिवार कांग्रेस सरकार छड्ड के आम आदमी पार्टी विच शामिल होए, जिस विच सरपंच मनदीप सिंह, मैंबर बलविंदर सिंह, मन्ना सोनू, दासा सिंह, संतोख सिंह, सलविंदर सिंह, मलकीत सिंह, सोहन सिंह, लालचंद, परमजीत सिंह, बलवीर सिंह, करनैल सिंह, दारा सिंह, सुखदेव सिंह, निर्मल सिंह, लवप्रीत सिंह, गुरविंदर सिंह, लखवीर सिंह, जसविंदर सिंह, हर्षदीप सिंह की विशेष रिपोर्ट। ਦੀ ਪੰਚਾਇਤ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਸਰਦਾਰ ਭਗਵੰਤ ਸਿੰਘ ਮਾਨ ਜਦੋਂ ਦੇ ਸੀ ਐਮ ਬਣੇ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਲੋਕਾਂ ਦੇ ਟੈਕਸਾਂ ਦਾ ਪੈਸਾ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਗਿਆ, ਚਾਹੇ ਉਹ ਆਟਾ ਦਾਲ ਸਕੀਮ ਸੀਗੀ, ਪ੍ਰੋਪਰ ਜਿਹੜੀ ਹੈ ਟਾਈਮ ਸਿਰ ਕਣਕ ਤੇ ਸਾਰਾ ਕੁਝ ਮਿਲ ਰਿਹਾ। ਬਿਜਲੀ ਦੇ ਬਿੱਲ ਨੇ ਉਹ ਨਹੀਂ ਆ ਰਹੇ, 80% ਤੋਂ ਵੱਧ ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਹੈ ਜ਼ੀਰੋ ਆ ਰਹੇ ਹੈ, ਔਰ ਬਾਕੀਆਂ ਦੇ ਵੀ ਬਿੱਲ ਬੜੇ ਘੱਟ ਗਏ ਨੇ। ਹੋਰ ਜਿਹੜੀਆਂ ਸਕੀਮਾਂ ਨੇ, ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਲੋਕਾਂ ਤੱਕ ਪਹੁੰਚ ਰਹੀਆਂ ਨੇ, ਨਵੀਆਂ ਭਰਤੀਆਂ ਹੋ ਰਹੀਆਂ ਨੇ, ਨਵੇਂ ਜਿਹੜੇ ਨੇ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਜਾ ਰਿਹਾ। ਲੋਕਾਂ ਦੇ ਪਿਛਲਾ ਝੋਨੇ ਦਾ ਸੀਜ਼ਨ ਸੀਗਾ, ਕਦੇ ਸਮੱਸਿਆ ਹੁਣ ਤੱਕ ਜਦੋਂ ਦੀ ਸਰਕਾਰ ਬਣੀ ਕੋਈ ਬਿਜਲੀ ਦੀ ਸਮੱਸਿਆ ਨਹੀਂ ਹੈ, ਪੂਰੀ ਬਿਜਲੀ ਆ ਰਹੀ ਹੈ, ਚਾਹੇ ਉਹ ਖੇਤਾਂ ਲਈ ਹੈ ਚਾਹੇ ਉਹ ਘਰਾਂ ਵਾਸਤੇ ਹੈ, ਬਿਜਲੀ ਪੂਰੀ ਆ ਰਹੀ ਹੈ। ਜਿਹੜੀ ਲੁੱਟ ਸੀਗੀ, ਚਾਹੇ ਉਹ ਟੋਲ ਟੈਕਸਾਂ ਦੇ ਉੱਤੇ ਲੁੱਟ ਸੀਗੀ, ਚਾਹੇ ਉਹ ਵੱਡੇ ਵੱਡੇ ਘਪਲੇ ਸੀਗੇ, ਚਾਹੇ ਉਹ ਰੇਤਾ ਬਜਰੀ ਦੀ ਲੁੱਟ ਸੀਗੀ, ਸੋ ਸਾਰੀਆਂ ਲੁੱਟਾਂ ਬੰਦ ਹੋ ਗਈਆਂ ਨੇ, ਔਰ ਲੋਕਾਂ ਦਾ ਪੈਸਾ ਲੋਕਾਂ 'ਚ ਪਹੁੰਚਣਾ ਸਹੂਲਤਾਂ ਦੇ ਰੂਪ ਦੇ ਵਿੱਚ ਪਹੁੰਚ ਸ਼ੁਰੂ ਹੋ ਗਿਆ। ਸੋ ਇਸ ਕਰਕੇ ਲੋਕ ਖੁਸ਼ ਹੋ ਕੇ ਆਪ ਮੁਹਾਰੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੀਆਂ ਨੇ। ਜਿਹੜੇ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ, ਭਗਵੰਤ ਸਿੰਘ ਮਾਨ ਜੀ ਹੁਣੀ ਨੇ, ਉਹਨਾਂ ਦੇ ਕੰਮ ਜਿਹੜੇ ਨੇ ਬੋਲਦੇ ਨੇ, ਔਰ ਉਹ ਆਪ ਸੰਗਤ ਜਿਹੜੀ ਹੈ ਅਤੇ ਬਹੁਤ ਖੁਸ਼ੀ ਦੀ ਗੱਲ। ਸਰ, ਅੱਜ ਕਿੰਨੇ ਪਿੰਡਾਂ ਦਾ ਦੌਰਾ ਕੀਤਾ, ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਮਿਲ ਰਿਹਾ? ਦੇਖੋ ਜੀ, ਮੈਂ ਪਿੰਡ 'ਤੇ ਪਤਾ ਨਹੀਂ ਕਿੰਨੇ ਕੁ ਲਿਸਟ ਦੇ ਵਿੱਚ ਨੇ, ਸਾਰੀ ਸੰਗਤ ਜਿਹੜੀ ਆਉਣੀ ਚਾਹੁੰਦੀ ਹੈ। ਅੱਜ ਮੈਂ ਤਿੰਨਾਂ ਪਿੰਡਾਂ 'ਚ ਜੁਆਇਨ ਕੀਤਾ, ਖੈੜਾ ਬੇਟ, ਮੈਰੀਪੁਰ ਅਤੇ ਇਹ ਪਿੰਡ, ਤਿੰਨਾਂ ਦੇ ਵਿੱਚ ਸਾਰੀਆਂ ਪੰਚਾਇਤਾਂ ਜਿਹੜੀਆਂ ਨੇ ਤਕਰੀਬਨ 90% ਤੋਂ ਵੀ ਵੱਧ ਸੰਗਤ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਉਹਨਾਂ ਨੇ ਆਪਣੇ ਆਪ ਮਹਾਰਿਆ ਹੀ ਹੈ। ਪੰਜਾਬ ਸਰਕਾਰ ਜੋ ਬਜਟ ਪੇਸ਼ ਕੀਤਾ ਗਿਆ, ਕਿਸ ਤਰ੍ਹਾਂ ਦੇਖ ਰਹੇ ਹੋ ਬਜਟ? ਦੇਖੋ, ਇੱਦਾਂ ਦਾ ਬਜਟ ਕਦੇ ਹੋਇਆ ਹੀ ਨਹੀਂ ਹੈ, ਅੱਜ ਤੱਕ ਨਹੀਂ ਕਦੇ ਇੱਦਾਂ ਦਾ ਬਜਟ ਜਿਹੜਾ ਉਹ ਪੇਸ਼ ਹੋਇਆ। ਮੈਂ ਤਾਂ ਦੇਖਦਾ ਵੀ ਕਿਸਾਨਾਂ ਲਈ ਕਿੰਨਾ ਵਾਧਾ ਕਰ ਦਿੱਤਾ ਬਜਟ ਦੇ ਵਿੱਚ, ਖਿਡਾਰੀਆਂ ਲਈ ਕਿੰਨਾ ਵਾਧਾ ਕੀਤਾ, ਸਾਡੇ ਜਿਹੜਾ ਤਕਰੀਬਨ 1.5 ਗੁਣਾ ਜਿਹੜਾ ਉਹ ਬਜਟ ਕਰ ਦਿੱਤਾ ਖਿਡਾਰੀਆਂ ਵਾਸਤੇ, ਅਤੇ ਹੋਰ ਵੀ ਜਿਹੜੀਆਂ ਸਹੂਲਤਾਂ ਨੇ। ਇਹ ਨਹੀਂ ਹੈ ਕਿ ਗਰੀਬਾਂ ਦੇ ਉੱਤੇ ਖਿਆਲ ਰੱਖਿਆ ਗਿਆ, ਗਰੀਬਾਂ ਕੋਈ ਜਿਹੜਾ ਗਰੀਬਾਂ ਦੇ ਵਰਤਣ ਵਾਲੀਆਂ ਚੀਜ਼ਾਂ ਕਿਸੇ 'ਤੇ ਟੈਕਸ ਨਹੀਂ ਵਧਾਇਆ ਗਿਆ, ਸੋ ਬਜਟ 'ਚ ਵਾਧਾ ਹੋਇਆ। ਤੋ ਇਸ ਕਰਕੇ ਮੈਂ ਤਾਂ ਕਹਿੰਦਾ ਇੱਦਾਂ ਦਾ ਬਜਟ ਅੱਜ ਤੱਕ ਨਹੀਂ ਕਦੇ ਪੇਸ਼ ਹੋਇਆ। ਲਗਾਤਾਰ ਬੀਜੇਪੀ ਸਵਾਲ ਚੱਕ ਰਹੀ ਹੈ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਫੇਲ ਹੋ ਗਈ ਹੈ, ਕਿਸ ਤਰ੍ਹਾਂ? ਦੇਖੋ ਜੀ, ਇਹ ਮੀਡੀਆ ਦਾ ਰੌਲਾ ਹੈ, ਅਡਾਨੀਆਂ ਅਬਾਨੀਆਂ ਦੇ ਚੈਨਲਾਂ ਦਾ ਰੌਲਾ ਹੈ, ਬਿਲਕੁਲ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ। ਜਿਹੜਾ ਮੋਸਟ ਪੀਸਫੁਲ ਸਟੇਟ ਦੇ ਵਿੱਚ ਆਉਂਦਾ ਜਿਹੜਾ ਪੰਜਾਬ ਹੈ, ਇੱਥੇ ਤਾਂ ਹੁਣ ਇੱਕ ਮਰਡਰ ਕਿਤੇ ਹੋ ਜਾਵੇ, ਜਿਹੜੇ ਹੁੰਦੇ ਹੀ ਆਏ ਹੈ ਅਤੇ ਉਹਦੇ 'ਤੇ ਰੌਲਾ ਪਾ ਕੇ ਬਹਿ ਜਾਂਦੇ ਨੇ। ਕਿੰਨਾ ਗੈਂਗਸਟਰਾਂ 'ਤੇ ਨੱਥ ਪਾਈ ਹੈ, ਕਿੰਨਾ ਜਿਹੜੇ ਨਸ਼ਿਆਂ 'ਤੇ ਨੱਥ ਪਾਈ ਹੈ, ਕਿੰਨਾ ਹੋਰ ਜਿਹੜੀ ਕ੍ਰਾਈਮ ਸੀ ਉੱਤੇ ਨੱਥ ਪਾਈ ਹੈ। ਪੁਲਿਸ ਜਿਹੜੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ, ਅਸੀਂ ਆਪਣੇ ਹਲਕੇ 'ਚ ਤੁਸੀਂ ਦੇਖ ਲਓ ਕਿੰਨਾ ਪੀਸਫੁਲ ਅਤੇ ਵਧੀਆ ਚੱਲ ਰਿਹਾ। ਸੋ ਇਹ ਰੌਲਾ ਹੈ ਪੇਪਰਾਂ ਦੇ ਵਿੱਚ, ਅਤੇ ਇਹ ਵੱਡੇ ਵੱਡੇ ਚੈਨਲ ਨੇ ਜਿਹੜੇ, ਉਹਨਾਂ ਦਾ ਰੌਲਾ ਹੈ। ਓਕੇ ਸਰ।